ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰੋ ਅਤੇ ਪਸ਼ੂ ਪਾਲਕ ਭਰਾਵੋ, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪਸ਼ੂਆਂ ਵਿੱਚ ਅਫਰੀਮੇ ਦੀ ਸਮੱਸਿਆ ਅਤੇ ਇਸ ਦੇ ਹੱਲ ਬਾਰੇ। ਇਹਦੇ ਜਿਹੜੇ ਆਪਾਂ ਗੱਲ ਕਰਦੇ ਹਾਂ ਵੀ ਕੀ ਚੀਜ਼ ਹੁੰਦੀ ਆ ਅਫਰੀਮਾ। ਅਸਲ 'ਚ ਅਫਰੀਮਾ ਉਦੋਂ ਕਹਿੰਦੇ ਆ ਪਸ਼ੂ ਨੂੰ ਜਦੋਂ ਉਹਦੀ ਖੱਬੀ ਕੁੱਖ ਹਵਾ ਨਾਲ ਭਰ ਜਾਂਦੀ ਹੈ, ਮਤਲਬ ਅੰਦਰ ਰਿਊਮਨ ਦੀਆਂ ਗੈਸਾਂ ਦੁਆਰਾ ਉਹਦੀ ਖੱਬੀ ਕੁੱਖ ਭਰ ਜਾਂਦੀ ਆ, ਉਦੋਂ ਉਹਨੂੰ ਅਫਰੀਮਾ ਹੋਣਾ ਕਹਿੰਦੇ ਆ। ਅਤੇ ਇਹਦੇ ਆਪਾਂ ਹੁਣ ਕਾਰਨ ਦੇ ਬਾਰੇ ਗੱਲ ਕਰਦੇ ਹਾਂ ਵੀ ਕਿਹੜੇ ਕਾਰਨਾਂ ਕਰਕੇ ਅਫਰੀਮਾ ਹੁੰਦਾ। ਸਭ ਤੋਂ ਪਹਿਲਾਂ ਹੁੰਦਾ ਇਹ ਜ਼ਿਆਦਾਤਰ ਸਰਦੀਆਂ ਵਿੱਚ ਹੁੰਦਾ ਜਦੋਂ ਬਰਸੀਮ ਹੁੰਦੀ ਹੈ, ਜਦੋਂ ਕਿਸਾਨ ਵੀਰ ਬਰਸੀਮ ਦਾ ਪਹਿਲਾ ਕੱਟ ਕੇ ਪਸ਼ੂਆਂ ਨੂੰ ਪਾਉਂਦੇ ਆ ਜਾਂ ਕਈ ਵਾਰ ਸਿੱਧੀ ਪਾ ਦਿੰਦੇ ਆ, ਤਾਂ ਜਿਹੜੇ ਪਹਿਲੇ ਕੱਟ 'ਚ ਬਰਸੀਮ ਦੇ ਤਣਿਆਂ ਦੇ ਥੱਲੇ ਇੱਕ ਤਰ੍ਹਾਂ ਦੀ ਹਵਾ ਭਰੀ ਹੁੰਦੀ ਹੈ ਅਤੇ ਇੱਕ ਜ਼ਹਿਰੀਲਾ ਪਦਾਰਥ ਸੈਫੋਨਿਨ ਹੁੰਦਾ ਜਿਹੜਾ ਕਿ ਅੰਦਰ ਪਸ਼ੂ ਜਦੋਂ ਅੰਦਰ ਜਾਂਦਾ ਪਸ਼ੂ ਦੇ ਉਹ ਹਜ਼ਮ ਨਹੀਂ ਹੁੰਦਾ ਅਤੇ ਉਹ ਗੈਸਾਂ 'ਚ ਬਦਲ ਜਾਂਦਾ ਅਤੇ ਜਿਹਦੇ ਕਾਰਨ ਪਸ਼ੂ ਨੂੰ ਅਫਰੀਮਾ ਆ ਜਾਂਦਾ। ਕਿਉਂਕਿ ਇੱਕ ਤਾਂ ਆਪਾਂ ਜ਼ਿਆਦਾ ਪਾ ਦਿੰਦੇ ਹਾਂ ਬਰਸੀਮ ਸਰਦੀਆਂ 'ਚ ਜ਼ਿਆਦਾ ਹੋਣ ਕਰਕੇ, ਅਤੇ ਉਹ ਜ਼ਿਆਦਾ ਖਾਣ ਕਰਕੇ ਵੀ ਹੋ ਜਾਂਦਾ। ਅਤੇ ਜਿਹੜਾ ਪਹਿਲਾ ਕੱਟ ਹੁੰਦਾ ਇਹਦੇ ਕਾਰਨ ਇੱਕ ਮੇਨ ਕਾਰਨ ਹੋ ਗਿਆ ਵੀ ਬਰਸੀਮ ਦੇ ਪਹਿਲੇ ਕੱਟ ਨੂੰ ਆਪਾਂ ਥੋੜ੍ਹੀ ਮਾਤਰਾ 'ਚ ਪਾਉਣਾ ਜਾਂ ਤੂੜੀ 'ਚ ਰਲਾ ਕੇ ਪਾਉਣਾ ਹੁੰਦਾ। ਇਹ ਇੱਕ ਪਹਿਲਾ ਕਾਰਨ ਹੋ ਗਿਆ। ਦੂਜਾ ਕਾਰਨ ਕਿਸਾਨ ਵੀਰੋ ਇਹ ਹੈ ਇਹਦਾ ਵੀ ਜਦੋਂ ਪਸ਼ੂ ਜ਼ਿਆਦਾ ਦਾਣਾ ਖਾ ਲਵੇ ਉਦੋਂ ਫਰੇਮਾ ਹੋ ਜਾਂਦਾ, ਅਤੇ ਕਿਉਂਕਿ ਉਹ 'ਚ ਤੇਜ਼ਾਬੀਪਣ ਹੋ ਜਾਂਦਾ ਅਤੇ ਉਹਦੇ 'ਚ ਗੈਸਾਂ ਪ੍ਰੋਡਿਊਸ ਹੁੰਦੀਆਂ ਹੈਗੀਆਂ, ਉਹਦੇ ਕਾਰਨ ਵੀ ਜਿਹੜਾ ਫਰੇਮਾ ਆਉਂਦਾ। ਅਤੇ ਤੀਜਾ ਕਾਰਨ ਜਿਹੜਾ ਇਹਦਾ ਮੰਨਿਆ ਜਾਂਦਾ ਉਹ ਆ ਫੰਗਸ। ਜੇ ਆਪਾਂ ਹਰੇ ਚਾਰੇ 'ਚ ਜਾਂ ਮੱਕੀ ਜਾਂ ਜਮੀਂ ਦੇ ਜੜ੍ਹਾਂ 'ਚ ਜਿਹੜੀ ਫੰਗਸ ਹੁੰਦੀ ਆ, ਜੇ ਉਹ ਪਸ਼ੂ ਨੂੰ ਪੈ ਜੇ, ਉਹ ਚਾਰਾ ਪਸ਼ੂ ਨੂੰ ਪਸ਼ੂ ਖਾ ਲਵੇ, ਤਾਂ ਉਹ ਫੰਗਸ ਕਾਰਨ ਵੀ ਜਿਹੜਾ ਫਰੇਮਾ ਆ ਜਾਂਦਾ। ਹੁਣ ਆਪਾਂ ਜਿਹੜੀ ਗੱਲ ਕਰਦੇ ਹਾਂ ਉਹ ਇਹਦੇ ਲੱਛਣਾਂ ਬਾਰੇ ਗੱਲ ਕਰਦੇ ਹਾਂ ਵੀ ਅਫਰੀਮੇ ਕਾਰਨ ਪਸ਼ੂ ਵਿੱਚ ਕਿਹੜੇ ਕਿਹੜੇ ਲੱਛਣ ਦਿਖਾਈ ਦਿੰਦੇ ਆ। ਸਭ ਤੋਂ ਪਹਿਲਾਂ ਪਸ਼ੂ ਪਾਲਕ ਭਰਾਵੋ ਜਿਹੜੇ ਲੱਛਣ ਦਿਖਾਈ ਦਿੰਦੇ ਆ ਉਹ ਇਹ ਆ ਵੀ ਉਹਦੀ ਖੱਬੀ ਕੁੱਖ ਹਵਾ ਨਾਲ ਭਰ ਜਾਂਦੀ ਹੈ, ਅਤੇ ਜਦੋਂ ਉਹ 'ਤੇ ਹੱਥ ਮਾਰਦੇ ਹਾਂ ਖੱਬੀ ਕੁੱਖ 'ਤੇ ਤਾਂ ਉਹ ਢੋਲ ਵਾਂਗੂ ਖੜਕਦੀ ਹੈ। ਇਹ ਇਹਦਾ ਮੇਨ ਕਾਰਨ ਹੈ। ਅਤੇ ਕਈ ਵਾਰ ਹਵਾ ਨਹੀਂ ਭਰਦੀ ਕੁੱਖ ਵਿੱਚ ਤਾਂ ਜਿਹੜੀ ਗੁੱਜੀ ਜਿਹਨੂੰ ਗੁੱਜਾ ਅਫਰੀਮਾ ਕਹਿ ਦਿੰਦੇ ਹਾਂ ਉਹ ਵੀ ਹੋ ਜਾਂਦਾ, ਉਹ ਸਭ ਤੋਂ ਖਤਰਨਾਕ ਹੁੰਦਾ। ਉਹ ਕਈ ਵਾਰ ਤਾਂ ਕਾਰਨ ਹੋ ਜਾਂਦਾ ਵੀ ਜਦੋਂ ਪਸ਼ੂ ਲੋਹਾ ਨਿਗਲ ਜੇ ਜਾਂ ਪਸ਼ੂ ਦੇ ਅੰਦਰ ਜ਼ਖਮ ਹੋਵੇ ਉਹਦੇ ਕਾਰਨ ਵੀ ਜਿਹੜਾ ਉਹ ਗੁੱਜਾ ਅਫਰੀਮਾ ਹੋ ਜਾਂਦਾ, ਉਦੋਂ ਪਸ਼ੂ ਖਾਣਾ ਘੱਟ ਕਰ ਦਿੰਦਾ ਅਤੇ ਜਿਹੜੀ ਉਹਦੀ ਭੁੱਖ ਘਟਣ ਕਾਰਨ ਖਾਣਾ ਘੱਟ ਕਰ ਦਿੰਦਾ ਅਤੇ ਉਹ ਦੁੱਧ ਦੀ ਪੈਦਾਵਾਰ ਘੱਟ ਜਾਂਦੀ ਆ। ਅਤੇ ਜਿਹੜਾ ਦਿਖਾਈ ਦੇਣ ਵਾਲਾ ਹੁੰਦਾ ਉਹ ਹਵਾ ਭਰ ਜਾਂਦੀ ਹੈ ਖੱਬੀ ਕੁੱਖ ਵਿੱਚ ਅਤੇ ਪਸ਼ੂ ਲੱਤਾਂ ਵੀ ਮਾਰਦਾ। ਇਹ ਇਹਦੇ ਮੇਨ ਜਿਹੜੇ ਲੱਛਣ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਹਦੇ ਹੱਲ ਬਾਰੇ, ਇਹਦੇ ਕਿਹੜੇ ਕਿਹੜੇ ਹੱਲ ਹੈ ਵੀ ਜਦੋਂ ਐਮਰਜੈਂਸੀ 'ਚ ਹੱਲ ਕਿਹੜੇ ਕਰਨੇ ਆਪਾਂ, ਅਤੇ ਜਿਹੜੇ ਗੁੱਜੇ ਫਰੇਮੇ ਦੇ ਉਹਦੇ ਹੱਲ ਕੀ ਆ ਉਹ ਆਪਾਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਹੱਲ ਹੈ ਇਹਦਾ, ਜੇ ਤਾਂ ਐਮਰਜੈਂਸੀ ਹਾਲਾਤ ਹੈ, ਬਹੁਤ ਜ਼ਿਆਦਾ ਪਸ਼ੂ ਦਾ ਪੇਟ ਜਿਹੜਾ ਫੁੱਲ ਚੁੱਕਿਆ ਫਟਣ 'ਤੇ ਆ ਚੁੱਕਿਆ, ਤਾਂ ਜਿਹੜੀ ਤੁਸੀਂ ਇੱਕ ਨੀਡਲ ਆਉਂਦੀ ਹੈ ਸਰਿੰਜ ਉਹ ਪਸ਼ੂ ਦੇ ਖੱਬੀ ਕੁੱਖ 'ਚ ਮਾਰਨੀ ਹੈ ਤਾਂ ਕਿ ਉਹ ਜਿਹੜੀ ਹਵਾ ਗਈ ਉਹ ਨਿਕਲ ਸਕੇ ਜ਼ਹਿਰੀਲੀ ਗੈਸ। ਡਾਕਟਰ ਆਉਣ ਤੋਂ ਪਹਿਲਾਂ ਇਹ ਉਪਚਾਰ ਤੁਸੀਂ ਜ਼ਰੂਰ ਕਰਨਾ। ਅਤੇ ਇੱਕ ਜਿਹੜਾ ਇਹਦਾ ਹੱਲ ਹੋਰ ਹੈ ਉਹ ਹੈ ਅਰਿੰਡੀ ਦਾ ਤੇਲ ਦੇਣਾ ਤੁਸੀਂ 200 ਮਿਲੀਲੀਟਰ ਜਾਂ 250 ਮਿਲੀਲੀਟਰ, ਉਹ ਤੁਸੀਂ ਜ਼ਰੂਰ ਦੇਣਾ ਹੈਗਾ। ਅਤੇ ਜੇ ਉਹ ਵੀ ਹੈ ਨਹੀਂ ਗਾ ਇੱਕ ਹੋਰ ਘਰੇਲੂ ਹੱਲ ਆ, ਮਤਲਬ 100 ml ਤੁਸੀਂ ਅਲਸੀ ਦਾ ਤੇਲ ਲੈਣਾ ਅਤੇ 100 ml ਹੀ ਜਿਹੜਾ ਤੁਸੀਂ ਸਰ੍ਹੋਂ ਦਾ ਤੇਲ ਲੈਣਾ, ਇਹਨਾਂ ਦੋਨਾਂ ਨੂੰ ਮਿਲਾ ਕੇ ਤੁਸੀਂ ਉਹ ਦੇ ਸਕਦੇ ਹੋ, ਉਹਦੇ ਨਾਲ ਵੀ ਜਿਹੜਾ ਫਰੇਮਾ ਘੱਟ ਹੋ ਜਾਂਦਾ ਜੀ। ਅਤੇ ਉਹਨੂੰ 100 ਗ੍ਰਾਮ ਮਿੱਠਾ ਸੋਡਾ ਦੇ ਸਕਦੇ ਹੋ, ਤਾਂ ਉਹ ਜੇ ਲੈਂਦਾ ਪਸ਼ੂ ਤਾਂ ਉਹ ਦੇ ਸਕਦੇ ਹੋ। ਅਤੇ ਪਸ਼ੂ ਨੂੰ ਪਾਣੀ ਨਹੀਂ ਪਿਆਉਣਾ ਚਾਹੀਦਾ। ਅਤੇ ਇੱਕ ਜਿਹੜਾ ਤੁਸੀਂ ਪਸ਼ੂ ਦਾ ਮੂੰਹ ਉਹ ਖੋਲ੍ਹ ਕੇ ਰੱਖਣਾ ਹੈਗਾ, ਕਿਸੇ ਵੀ ਲੱਕੜ ਦਾ ਟੁਕੜਾ ਉਹਦੇ ਮੂੰਹ 'ਚ ਫਸਾ ਕੇ ਅਤੇ ਪਿੱਛੇ ਸੰਗਲ ਨਾਲ ਬੰਨ੍ਹ ਦਿਓ, ਤਾਂ ਕਿ ਉਹਦਾ ਮੂੰਹ ਖੁੱਲ੍ਹਾ ਰਹੇ ਅਤੇ ਗੈਸਾਂ ਨਿਕਲਦੀਆਂ ਰਹਿਣ। ਬਰਸੀਨ 'ਚ ਤੂੜੀ ਰਲਾਉਣੀ ਹੈਗੀ ਅਤੇ ਇਹਦਾ ਜਿਹੜਾ ਐਮਰਜੈਂਸੀ ਹੱਲ ਹੈ। ਅਤੇ ਜਿਹੜਾ ਡਾਕਟਰ ਨੇ ਇਲਾਜ ਕਰਨਾ ਉਹ ਐਂਟੀਬਾਇਓਟਿਕਸ ਲਾ ਕੇ ਅਤੇ ਭੁੱਖ ਦੇ ਟੀਕੇ ਲਾ ਕੇ ਇਹਦਾ ਜਿਹੜਾ ਹੱਲ ਹੁੰਦਾ ਹੈਗਾ। ਜਿਹੜੇ ਇਹਦੇ ਰੋਕਥਾਮ ਬਚਾਅ ਕੀ ਕਰਨੇ ਆ, ਇੱਕ ਤਾਂ ਆਪਾਂ ਬਰਸੀਨ 'ਚ ਜਿਹੜੀ ਉਹ ਤੂੜੀ ਰਲਾ ਕੇ ਜ਼ਰੂਰ ਦੇਣੀ ਆ ਤਾਂ ਕਿ ਜਿਹੜੀ ਹਵਾ ਗਈ ਉਹ ਘੱਟ ਤੋਂ ਘੱਟ ਜਾਵੇ ਅਤੇ ਬਰਸੀਨ 'ਚ ਜਿਹੜਾ ਪਾਣੀ ਹੁੰਦਾ ਉਹ ਵੀ ਜਿਹੜਾ ਸਹੀ ਮਾਤਰਾ 'ਚ ਹੋ ਜਾਵੇ।
ਬਰਸੀਨ 'ਚ ਜਿਹੜਾ ਦਾਣੇ 'ਚ ਆਪਾਂ ਮਿੱਠਾ ਸੋਢਾ ਜ਼ਰੂਰ ਲਾਉਣਾ, ਇਹ ਇਹਦੇ ਜਿਹੜੇ ਹੱਲ ਹੈ ਮੇਨ। ਬਾਕੀ ਜੇ ਹੋਰ ਕਰ ਸਕਦੇ ਹੋ ਤਾਂ ਜਿਹੜੇ ਇੱਕ ਚੁੰਬਕ ਆਉਂਦੀ ਹੈ ਉਹ ਆਪਾਂ ਰਿਊਮਣ 'ਚ ਜ਼ਰੂਰ ਰਖਾਉਣੀ ਚਾਹੀਦੀ ਹੈ ਪਸ਼ੂਆਂ ਨੂੰ, ਤਾਂ ਕਿ ਜਿਹੜਾ ਜੇ ਲੋਹਾ ਖਾ ਜਾਂਦਾ ਪਸ਼ੂ ਤਾਂ ਉਹ ਚੁੰਬਕ ਦੇ ਨਾਲ ਲੋਹਾ ਲੱਗਿਆ ਰਹੇ ਅਤੇ ਅੱਗੇ ਨਾ ਜਾਵੇ, ਉਹ ਨੁਕਸਾਨ ਵੀ ਘੱਟ ਕਰਦਾ। ਕੋਈ ਨਕੀਲੀ ਚੀਜ਼ ਪਸ਼ੂ ਕਈ ਵਾਰ ਖਾ ਜਾਂਦਾ ਤਾਂ ਜਿਹੜਾ ਉਹ ਚੁੰਬਕ ਆਉਂਦੀ ਹੈ ਗੜਵਾਸੂ ਯੂਨੀਵਰਸਿਟੀ ਤੋਂ ਮਿਲਦੀ ਹੈ, ਗੁਰੂ ਅੰਗਦ ਦੇਵ ਯੂਨੀਵਰਸਿਟੀ ਤੋਂ, ਉਹ ਜ਼ਰੂਰ ਪਵਾ ਲੈਣੀ ਚਾਹੀਦੀ ਆ, ਕਿਉਂਕਿ ਜਿਹੜਾ ਗੁੱਜਾ ਫਰੇਮਾ ਹੁੰਦਾ ਇਹ ਬਹੁਤ ਨੁਕਸਾਨ ਕਰਦਾ ਫੀਲਡ 'ਚ ਵਿੱਚ। ਧੰਨਵਾਦ ਪਸ਼ੂ ਪਾਲਕ ਭਰਾਵੋ, ਜੇ ਇਸ ਤਰ੍ਹਾਂ ਸਾਡੀਆਂ ਵੀਡੀਓ ਵਧੀਆ ਲੱਗ ਰਹੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਜਿਹੜੇ ਆਪਣੇ ਸੁਝਾਅ ਤੁਸੀਂ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ ਜੀ। ਧੰਨਵਾਦ ਜੀ।